ਮਾਈ ਖਾਦ ਸਮਾਨ ਲੈ ਜਾਓ ਚੱਕ ਕੇ ਆਪਦਾ, ਇੱਥੇ ਡਿੱਗ ਪਿਆ। ਹਾਂ ਕੱਪੜੇ ਡਿੱਗੀ ਜਾਂਦੇ, ਕਦੇ ਕੁਛ ਡਿੱਗ ਪਿਆ, ਕਦੇ ਝੋਲਾ ਡਿੱਗ ਪਿਆ। ਹਾਂ ਚਲੋ ਉੱਥੇ ਖੜੇ ਸੀ ਵਧੀਆ। ਹਾਂ ਫਿਰ ਪਤਾ ਲੱਗਦਾ ਹੋਰ 5,000 ਦੇ ਕੱਪੜੇ ਗਏ ਸੀ। ਸਮਾਂ ਹੋ ਗਿਆ ਜੀ ਜਿਹੜਾ ਇਹ ਸੜਕ ਟੁੱਟੀ ਪਈ ਹੈ, ਉੱਧਰ ਮੁੜ ਕੇ ਟੁੱਟੀ ਮੁੜ ਕੇ ਬਣਾਈ ਨਹੀਂ ਜੀ ਅਸੀਂ। ਕਿੰਨੇ ਸਾਲ ਹੋ ਗਏ ਫਿਰ? ਘੱਟ ਘੱਟ ਹੋ ਗਏ 20 ਸਾਲ ਜੀ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਮੈਂ ਤੁਹਾਡਾ ਵੀਰ ਹੈਪੀ ਮਾਨ ਔਰ ਤੁਸੀਂ ਦੇਖ ਰਹੇ ਹੋ ਨਿਊਜ਼ ਚੈਨਲ ਚੱਕ ਦੇ ਪੰਜਾਬ। ਅੱਜ ਅਸੀਂ ਮਾਨਸਾ ਦੇ ਵਿੱਚ ਖੜੇ ਹਾਂ, ਜਿਹੜੀ ਜਵਾਰਕਾ ਰੋਡ ਤੋਂ ਮਾਨਸਾ ਨੂੰ ਸੜਕ ਜਾਂਦੀ ਹੈ, ਉਹਦੀ ਜਿਹੜੀ ਹਾਲਤ ਹੈ ਨਾ ਪੂਰੀ ਖਾਲਸਾ ਹਾਲਤ ਹੈ, ਪੂਰੀ ਟੁੱਟੀ ਪਈ ਹੈ ਸਾਰੀ ਸੜਕ। ਅੱਜ ਉੱਥੋਂ ਦੇ ਜਿਹੜੇ ਸਾਡੇ ਛੋਟੇ ਦੁਕਾਨਦਾਰ ਨੇ, ਉਹਨਾਂ ਨੇ ਮਿਲ ਕੇ ਸਾਨੂੰ ਬੁਲਾਇਆ, ਕਹਿੰਦੇ ਬਾਈ ਸਾਡੀ ਦੁਕਾਨ ਦੀ ਮਤਲਬ ਜਿਹੜਾ ਇਹ ਰੋਡ ਹੈ ਸਾਡੀ ਦੁਕਾਨ ਮੂਹਰੋਂ ਟੁੱਟਿਆ ਹੋਇਆ ਹੈਗਾ, ਸਾਡੇ ਇਹਦੇ ਨਾਲ ਬਹੁਤ ਨੁਕਸਾਨ ਹੋਇਆ ਹੈਗਾ। ਦੇਖੋ ਸੜਕ ਦਾ ਕਿੰਨਾ ਬੁਰਾ ਹਾਲ ਹੈ ਜੀ, ਲੰਘਿਆ ਨਹੀਂ ਜਾਂਦਾ, ਟੱਪਿਆ ਜਾਂਦਾ, ਜੋ ਬਾਰਿਸ਼ ਬੁਰਸ਼ ਹੋ ਜਾਂਦੀ ਹੈ ਇੱਥੇ ਜਵਾਕ ਸਕੂਲਾਂ ਵਾਲੇ ਡਿੱਗਦੇ ਆ ਜੀ, ਬਜ਼ੁਰਗ ਡਿੱਗਦੇ, ਸਕੂਟਰੀਆਂ ਲੈ ਕੇ, ਸਾਈਕਲ ਲੈ ਕੇ ਡਿੱਗਦੇ ਆ ਜੀ, ਕਈ ਲੱਤ ਟੁੱਟ ਜਾਂਦੀਆਂ, ਕਈ ਦੀ ਬਾਂਹ ਟੁੱਟ ਜਾਂਦੀ ਹੈ ਜੀ, ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ। ਇਹ ਸੜਕ ਸਾਰੀ ਸਿਫਾਰਿਸ਼ ਹੈ ਜੀ ਵੀ ਸਾਡੀ ਜਲਦੀ ਤੋਂ ਜਲਦੀ ਸੜਕ ਬਣਾਈ ਜਾਵੇ ਜੀ, ਤਾਂ ਜੋ ਜਿਹੜੇ ਸਕੂਲ ਵਾਲੇ ਬੱਚੇ ਨੇ ਉਹਨਾਂ ਤੰਗ ਹੋਣ, ਬਜ਼ੁਰਗ ਨੇ, ਔਰਤਾਂ ਨੇ, ਉਹ ਤੰਗ ਨਾ ਹੋਣ, ਪਰੇਸ਼ਾਨ ਨਾ ਹੋਣ, ਇੱਥੋਂ ਦੀ ਸਹੀ ਰੱਖਿਆ ਜਾਵੇ ਜੀ। ਕਿੰਨਾ ਕੁ ਸਮਾਂ ਹੋ ਗਿਆ ਜੀ ਜਿਹੜਾ ਇਹ ਸੜਕ ਟੁੱਟੀ ਪਈ ਹੈ? ਉੱਧਰ ਮੁੜ ਕੇ ਟੁੱਟੀ ਮੁੜ ਕੇ ਬਣਾਈ ਨੀ ਜੀ ਅਸੀਂ। ਕਿੰਨੇ ਸਾਲ ਹੋ ਗਏ ਫਿਰ? ਘੱਟ ਘੱਟ ਹੋ ਗਏ 20 ਸਾਲ ਜੀ। ਸਕੂਲ ਵਾਲੇ ਬੱਚੇ ਬੁੱਚਿਆਂ ਕਰਕੇ ਬਹੁਤ ਕਹਿੰਦੇ, ਬਜ਼ੁਰਗਾਂ ਕਰਕੇ ਲੇਡੀ ਟੱਪਦੀਆਂ ਜੀ, ਪੈਦਲ ਟੱਪਦੀਆਂ ਨੇ, ਉਹ ਟੱਪਦੀਆਂ ਨੇ, ਬਹੁਤ ਔਖਾ ਹੋ ਜਾਂਦਾ ਟੱਪਣਾ। ਪੰਜਾਬ ਸਰਕਾਰ ਬਣਾਵੇ ਸੜਕ ਜੀ, ਰੋਡ ਟੈਕਸ ਲੈਂਦੀ ਹੈ ਸਰਕਾਰ ਦਾ, ਹੱਕ ਵਾਲਾ ਸੜਕਾਂ ਬਣਾਵੇ, ਧਿਆਨ ਦੇਵੇ ਆਪ ਸਰਕਾਰ, ਸਰਕਾਰ ਦੇ ਮੁਲਾਜ਼ਮ ਵੀ ਇੱਥੇ ਟੱਪਦੇ ਹੋਣਗੇ, ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਸੜਕ ਟੁੱਟੀ ਹੋਈ ਹੈ, ਅਗਰ ਧਿਆਨ ਹੀ ਦਿੰਦਾ ਜੀ ਕੋਈ ਵਾਸੀ। ਵਿਚਾਰੇ ਜਾ ਰਹੇ ਦੀ ਸਕੂਟਰੀ ਦੇ ਆਹ ਥੈਲਾ ਵੀ ਇੱਥੇ ਡਿੱਗ ਪਿਆ ਵਿਚਾਰੇ ਦਾ, ਦੇਖੋ ਬਹੁਤ ਬੁਰਾ ਹਾਲ ਹੈ ਜੀ। ਹੁਣ ਸਮਾਨ ਮਾਈ ਖਾਦ ਸਮਾਨ ਲੈ ਜਾਓ ਚੱਕ ਕੇ ਆਪਦਾ, ਇੱਥੇ ਡਿੱਗ ਪਿਆ। ਹਾਂ ਬੁਰਾ ਹਾਲ ਹੈ ਸਾਡਾ। ਹਾਂ ਕੱਪੜੇ ਡਿੱਗੀ ਜਾਂਦੇ, ਕਦੇ ਕੁਛ ਡਿੱਗ ਪਿਆ, ਕਦੇ ਝੋਲਾ ਡਿੱਗ ਪਿਆ। ਹਾਂ ਚਲੋ ਉੱਥੇ ਖੜੇ ਸੀ ਵਧੀਆ। ਹਾਂ ਫਿਰ ਹੋਰ 5,000 ਦੇ ਕੱਪੜੇ ਗਏ ਸੀ। ਧੰਨਵਾਦ ਤੁਹਾਡੇ, ਸਾਡੀ ਸੜਕਾਂ ਬੁਰਾ ਹਾਲ ਹੀ ਹੈ ਮਾਨਸਾ ਮੰਡੀ ਦਾ। ਹਾਂ ਮਤਲਬ ਕਿਹਨੂੰ ਮੰਗ ਰੱਖਦੇ ਹੋ ਤੁਸੀਂ ਇਹ? ਇੱਦਾਂ ਭਗਵੰਤ ਮਾਨ ਨੂੰ ਕਹਿੰਦੇ ਆ ਜਦੋਂ ਮੁੱਖ ਮੰਤਰੀ ਆ ਉਹ। ਬਹੁਤ ਸਿਰ ਹੋ ਗਿਆ
20 ਸਾਲ ਹੋ ਗਏ ਹੋਣਗੇ ਇਹੀ ਹਾਲ ਇੱਥੇ ਤਾਂ ਬੁਰਾ ਹਾਲ ਆ ਨਾਨ ਜੀ ਇੱਥੇ ਬਹੁਤ ਬੁਰਾ ਹਾਲ ਆ ਪਸ਼ੂਆਂ ਸੱਟਾਂ ਵਾਲੇ ਡਿੱਗ ਪੈਂਦੇ ਨੇ ਕਈ ਵਾਰੀ ਪਸ਼ੂ ਵੀ ਡਿੱਗਦੇ ਨੇ ਜੋ ਵਜਨ ਹੁੰਦਾ 5-4 ਕੁਇੰਟਲ ਤੋਂ ਵੱਧ ਅਸੀਂ ਪਾਉਂਦੇ ਨੇ 5-4 ਕੁਇੰਟਲ ਵਜਨ ਹੁੰਦਾ ਪਸ਼ੂ ਮੱਲੋ ਮੱਲੇ ਔਕੜ ਔਕੜ ਡਿੱਗਦੇ ਨੇ ਇਹਦੇ 'ਚ ਕਿਉਂ ਪਾਣੀ ਖੜਾ ਹੁੰਦਾ ਮੀਂਹ ਦਾ ਬਾਕੀ ਜਦੋਂ ਮਾੜਾ ਮੀਂਹ ਪੈ ਗਿਆ ਇੱਥੇ ਸਭ ਸਾਰੀ ਮੰਡੀ ਦਾ ਪਾਣੀ ਇੱਥੇ ਆ ਕੇ ਖੜੂ ਨਰਕ ਇੱਥੇ ਵੱਡਾ ਨਰਕ ਇੱਥੇ ਹੈ ਕਹਿੰਦਾ ਵੀ ਇਸ ਰੋਡ ਦੇ ਉੱਤੇ ਜਿੰਨੀਆਂ ਵੀ ਦੁਕਾਨਾਂ ਨੇ ਸਾਰੀਆਂ ਦੁਕਾਨਾਂ ਫੇਰ ਹੁੰਦੇ ਉਸ 'ਤੇ ਆਈਆਂ ਹੋਈਆਂ ਨੇ ਕੋਈ ਰੇਤਾ ਮਿੱਟੀ ਨਾ ਇੱਥੇ ਕੋਈ ਗਾਹਕ ਆਵੇ ਸਵਾਰੀ ਉੱਧਰ ਦੂਜੀ ਸਾਈਡ 'ਤੇ ਚਲੀ ਜਾਂਦੀ ਆ ਅਸੀਂ ਇੱਥੇ ਬੈਠੇ ਸਾਰਾ ਦਿਨ ਮੱਖੀ ਹੀ ਮਾਰਦੇ ਹਾਂ 24 ਘੰਟੇ ਦੇਖ ਲਓ ਰੇਤਾ ਇਹਨਾਂ ਦੁਕਾਨਾਂ ਦੇ ਵਿੱਚ ਸਾਡੇ ਮੈਂ ਸਵੇਰ ਤੋਂ ਲੱਗੀਏ ਸ਼ਾਮ ਤੱਕ ਸਫਾਈ ਨਹੀਂ ਹੁੰਦੀ ਸਾਰੀ ਇਹੀ ਕਾਰੋਬਾਰ ਕਰਨ ਜੋਗੇ ਰਹਿ ਗਏ ਇੱਦਾਂ ਸਫਾਈ ਕਰ ਲੈਂਦੇ ਹਾਂ ਤੇ ਬਹਿ ਜਾਂਦੇ ਹਾਂ ਗਾਹਕ ਕੋਈ ਸਾਡੇ ਕੋਲ ਪਹੁੰਚਦਾ ਨਹੀਂ ਮਾਨ ਸਾਹਿਬ ਤੋਂ ਲੈ ਕੇ ਹੈਡ ਰਤੀਆ ਫਤਿਆ ਦਿੱਲੀ ਨੂੰ ਮਿਲਾਉਂਦੀ ਹੈ 1000 ਪਿੰਡ ਤੋਂ ਹਾਂਜੀ ਸਾਰੇ ਧੁਰ ਦਿੱਲੀ ਤੱਕ ਇਹ ਸਾਰੇ ਰੋਡ ਨੂੰ ਮਿਲਾਉਂਦੀ ਆ ਇੱਥੇ ਸਾਡੀ ਬੇਨਤੀ ਕੀ ਆ ਪੰਜਾਬ ਸਰਕਾਰ ਨੂੰ ਚਾਹੇ ਪੰਜਾਬ ਸਰਕਾਰ ਬਣਾ ਕੇ ਦੇਵੇ ਚਾਹੇ ਮਾਰਕੀਟ ਕਮੇਟੀ ਤੋਂ ਬਣਵਾਵੇ ਕਿਸੇ ਤੋਂ ਬਣਵਾਵੇ ਸਾਨੂੰ ਸੜਕ ਰੋਡ ਬਣਨਾ ਚਾਹੀਦਾ ਜੀ ਕਿਉਂ ਇੱਥੋਂ ਲੰਘਾ ਡੱਬਾ ਹਰੇਕ ਬੰਦੇ ਦਾ ਇੱਧਰ ਸਾਰਾ 1000 ਪਿੰਡ ਨੂੰ ਆ ਇੱਥੇ ਇੱਕ ਬੇਨਤੀ ਆ ਪੰਜਾਬ ਸਰਕਾਰ ਨੂੰ ਚਾਹੇ MC ਬਣਾਵੇ ਕੋਈ ਚਾਹੇ ਪ੍ਰਧਾਨ ਬਣਾਵੇ ਨਗਰ ਕੌਂਸਲ ਚਾਹੇ ਮਾਰਕੀਟ ਬਣਵਾਵੇ ਚਾਹੇ ਕੋਈ ਵੀ ਮਹਿਕਮਾ ਬਣਵਾ ਦੇ ਸਾਨੂੰ ਤਾਂ ਰੋਡ ਬਣਨਾ ਚਾਹੀਦਾ ਇਹੀ ਬੇਨਤੀ ਹੈ।